ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 14 ਅਗਸਤ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ। ਇਹ ਮੀਟਿੰਗ 10 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵਿਖੇ ਹੋਵੇਗੀ, ਜਿਸ ਵਿੱਚ ਸਾਰੇ ਕੈਬਨਿਟ ਮੰਤਰੀ, ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ ਹਾਜ਼ਰ ਹੋਣਗੇ। ਕਾਬਲੇ ਗੌਰ ਹੈ ਕਿ ਤਕਰੀਬਨ 5 ਮਹੀਨਿਆਂ ਬਾਅਦ ਕੈਬਨਿਟ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਪੰਜਾਬ ਪੰਚਾਇਤੀ ਐਕਟ ਸੋਧ ਬਿੱਲ ਅਤੇ ਨਵਾਂ ਸੈਸ਼ਨ ਬੁਲਾਉਣ ਨੂੰ ਲੈ ਕੇ ਮੋਹਰ ਲੱਗਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4 ਤੋਂ 5 ਦਿਨਾਂ ਵਿੱਚ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਕਈ ਇਲਾਕਿਆਂ ਵਿੱਚ ਫਿਰ ਤੋਂ ਭਾਰੀ ਮੀਂਹ ਪੈ ਸਕਦਾ ਹੈ, ਕਿਉਂਕਿ ਪਹਾੜਾਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਕਾਰਨ ਮੈਦਾਨੀ ਇਲਾਕੇ ਸੁੱਕੇ ਜਾ ਰਹੇ ਹਨ, ਜਿਸ ਕਾਰਨ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਦਰਿਆ, ਡਰੇਨਾਂ ਨੇੜੇ ਬਿਲਕੁਲ ਵੀ ਨਾ ਜਾਣ, ਕਿਉਂਕਿ ਪਿਛਲੇ ਸਮੇਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਅਨੁਸਾਰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਜਾ ਰਿਹਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਪਿਛਲੇ ਦਿਨ 129 ਮਿਲੀਮੀਟਰ ਮੀਂਹ ਪਿਆ ਹੈ ਅਤੇ ਬਹੁਤ ਕੁਝ ਦਰਜ ਕੀਤਾ ਗਿਆ ਹੈ। ਹਾਲਾਂਕਿ 3 ਤੋਂ 4 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਨਹੀਂ ਪਿਆ, ਪਰ ਆਉਣ ਵਾਲੇ ਹਫ਼ਤੇ ਵਿੱਚ ਇੱਥੇ ਬਹੁਤ ਜ਼ਿਆਦਾ ਮੀਂਹ ਪਵੇਗਾ। ਸੁਪਰੀਮ ਕੋਰਟ ਨੇ 6 ਮਹੀਨਿਆਂ ਤੋਂ ਬੰਦ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖ਼ਤ ਟਿੱਪਣੀ ਕੀਤੀ ਹੈ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ ਹਨ। ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਆਦਿ ਲਈ ਹਾਈਵੇ ਦੀ ਇੱਕ ਲੇਨ ਖੋਲ੍ਹਣ ਦਾ ਹੁਕਮ ਦਿੱਤਾ ਹੈ। ਇਸ ਦੇ ਲਈ ਪੰਜਾਬ ਅਤੇ ਹਰਿਆਣਾ ਦੇ DGP ਤੋਂ ਇਲਾਵਾ ਪਟਿਆਲਾ, ਮੋਹਾਲੀ ਅਤੇ ਅੰਬਾਲਾ ਦੇ SP ਨੂੰ ਮੀਟਿੰਗ ਕਰਕੇ ਫੈਸਲਾ ਲੈਣ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਸੁਣਵਾਈ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ ਸੀ। ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਨਿਰਪੱਖ ਕਮੇਟੀ ਦੇ ਮੈਂਬਰਾਂ ਦੇ ਨਾਂ ਦਿੱਤੇ ਹਨ। ਇਹ ਕਮੇਟੀ ਮੈਂਬਰ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਵਿਚੋਲੇ ਵਜੋਂ ਕੰਮ ਕਰਨਗੇ ਅਤੇ ਹੁਣ ਸੁਪਰੀਮ ਕੋਰਟ ਨੇ 6 ਮਹੀਨਿਆਂ ਤੋਂ ਬੰਦ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ 'ਤੇ ਖੋਲ੍ਹਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖ਼ਤ ਟਿੱਪਣੀ ਕੀਤੀ ਹੈ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ। ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਆਦਿ ਲਈ ਹਾਈਵੇ ਦੀ ਇੱਕ ਲੇਨ ਖੋਲ੍ਹਣ ਦਾ ਹੁਕਮ ਦਿੱਤਾ ਹੈ। ਲੋਕ ਪ੍ਰਤੀਨਿਧ ਕਾਨੂੰਨ ਤਹਿਤ ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਮੈਂਬਰ ਚਰਨਜੀਤ ਚੰਨੀ ਦੀ ਚੋਣ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ 30 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਚੰਨੀ ਅਤੇ ਹੋਰ ਬਚਾਅ ਪੱਖ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੀ ਹੈ। ਅਦਾਲਤ ਨੇ ਉਹਨਾਂ ਸਾਰੇ ਬਚਾਅ ਪੱਖਾਂ ਨੂੰ ਨਵੇਂ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਪਹਿਲਾਂ ਨੋਟਿਸ ਜਾਰੀ ਨਹੀਂ ਕੀਤੇ ਗਏ ਸਨ। ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਗੌਰਵ ਲੋਥਰਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ MP ਚੁਣੇ ਗਏ ਹਨ। ਪਟੀਸ਼ਨਕਰਤਾ ਨੇ ਦੱਸਿਆ ਕਿ ਚੰਨੀ ਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਈ ਜਾਣਕਾਰੀਆਂ ਛੁਪਾਈਆਂ। ਇਸ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਸਹੀ ਵੇਰਵਾ ਵੀ ਕਮਿਸ਼ਨ ਨੂੰ ਨਹੀਂ ਸੌਂਪਿਆ। ਚੋਣਾਂ ਦੌਰਾਨ ਇੱਕ ਹੋਟਲ ਵਿੱਚ 24 ਘੰਟੇ ਖਾਣੇ ਦਾ ਪ੍ਰਬੰਧ ਸੀ, ਪਰ ਉਹਨਾਂ ਨੇ ਚੋਣ ਪ੍ਰਚਾਰ ਦੇ ਵੇਰਵਿਆਂ ਵਿੱਚ ਇਸ ਦਾ ਖਰਚਾ ਨਹੀਂ ਦੱਸਿਆ। ਉਹ ਰੋਜ਼ਾਨਾ 10 ਤੋਂ 15 ਜਨਤਕ ਮੀਟਿੰਗਾਂ ਕਰਦੇ ਸਨ, ਪਰ ਇਸ ਦੌਰਾਨ ਉਹਨਾਂ ਨੇ ਮੁਹਿੰਮ ਦੇ ਵੇਰਵਿਆਂ ਵਿੱਚ ਇੱਕ ਵੀ ਵਾਹਨ ਦਾ ਖਰਚਾ ਨਹੀਂ ਦਿੱਤਾ। ਉਹਨਾਂ ਨੇ ਰਾਮਾ ਮੰਡੀ ਵਿੱਚ ਬਿਨਾਂ ਮਨਜ਼ੂਰੀ ਤੋਂ ਰੋਡ ਸ਼ੋਅ ਕੀਤਾ, ਇੱਥੋਂ ਤੱਕ ਕਿ ਵੋਟਰ ਸਲਿੱਪਾਂ ਵੰਡਣ ਲਈ ਪੋਲਿੰਗ ਬੂਥ ਦੇ ਬਾਹਰ ਬਣਾਏ ਗਏ ਬੂਥਾਂ ਦੇ ਖਰਚੇ ਦਾ ਵੀ ਵੇਰਵਾ ਨਹੀਂ ਦਿੱਤਾ। ਅਜਿਹੇ 'ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਚੰਨੀ ਨੇ ਚੋਣ ਜਿੱਤਣ ਲਈ ਭ੍ਰਿਸ਼ਟ ਸਾਧਨਾਂ ਦੀ ਵਰਤੋਂ ਕੀਤੀ ਹੈ। ਇਸ ਲਈ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਉਹਨਾਂ ਦੀ ਚੋਣ ਰੱਦ ਹੋਣੀ ਚਾਹੀਦੀ ਹੈ। ਪਟੀਸ਼ਨਕਰਤਾ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਕੋਈ
ਫਾਇਦਾ ਨਹੀਂ ਹੋਇਆ। ਅਜਿਹੇ ਵਿੱਚ ਹੁਣ ਪਟੀਸ਼ਨਕਰਤਾ ਨੂੰ ਚੋਣ ਪਟੀਸ਼ਨ ਰਾਹੀਂ ਹਾਈ ਕੋਰਟ ਦੀ ਸ਼ਰਨ ਲੈਣੀ ਪੈ ਰਹੀ ਹੈ। ਚੋਣਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ਬਦਲਾਅ ਜਨਸਭਾ ਦੌਰਾਨ ਸੋਨੀਪਤ ਦੇ ਗੋਹਾਨਾ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਹਰ ਤਰ੍ਹਾਂ ਦੀ ਹਰਿਆਣਾ ਵਾਸੀਆਂ ਨੂੰ ਪੰਜਾਬ ਅਤੇ ਦਿੱਲੀ ਦੀ ਮਿਸਾਲ ਦੇ ਕੇ ਇੱਥੇ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੱਤਾ ਅਤੇ ਹਰਿਆਣਾ ਵਾਸੀਆਂ ਕੋਲੋਂ ਚੋਣਾਂ ਵਿੱਚ ਸਮਰਥਨ ਦੇਣ ਦਾ ਮੰਗ ਕੀਤੀ। ਸੀਐਮ ਭਗਵੰਤ ਮਾਨ ਨੇ ਮੁਫ਼ਤ ਅਤੇ 24 ਘੰਟੇ ਬਿਜਲੀ, ਸ਼ਹੀਦਾਂ ਲਈ 1 ਕਰੋੜ ਰੁਪਏ ਦੀ ਮਾਲੀ ਸਹਾਇਤਾ, ਨੌਜਵਾਨਾਂ ਨੂੰ ਨੌਕਰੀਆਂ, ਘਰ ਘਰ ਰਾਸ਼ਨ ਅਤੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਵਰਗੀਆਂ ਸਹੂਲਤਾਂ ਅੰਗਣਵਾਈਆਂ। ਇਸ ਦੇ ਨਾਲ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰਿਆਣਾ ਨੂੰ ਡਬਲ ਇੰਜਨ ਦੀ ਨਹੀਂ ਨਵੇਂ ਇੰਜਨ ਦੀ ਲੋੜ ਹੈ। ਹਰਿਆਣਾ ਨੇ ਹਰ ਪਾਰਟੀ ਕੋ ਮੌਕਾ ਦਿਆ, ਪੰਜਾਬ ਨੇ ਵੀ ਹਰ ਪਾਰਟੀ ਕੋ ਮੌਕਾ ਦਿਆ, ਹਰਿਆਣਾ ਨੇ ਬੀਜੇਪੀ ਕੋ ਮੌਕਾ ਦਿਆ, ਪੰਜਾਬ ਨੇ ਵੀ ਬੀਜੇਪੀ ਔਰ ਅਕਾਲੀ ਦਲ ਕੋ ਮੌਕਾ ਦਿਆ, ਹਰਿਆਣਾ ਨੇ ਕਾਂਗਰਸ ਕੋ ਮੌਕਾ ਦਿਆ, ਪੰਜਾਬ ਨੇ ਵੀ ਕਾਂਗਰਸ ਕੋ ਮੌਕਾ ਦਿਆ, ਹਰਿਆਣਾ ਨੇ ਇਨੈਲੋ ਕੋ ਮੌਕਾ ਦਿਆ, ਪੰਜਾਬ ਨੇ ਅਕਾਲੀ ਦਲ ਕੋ ਮੌਕਾ ਦਿਆ, ਲੇਕਿਨ ਨਾ ਹਰਿਆਣਾ ਕੋ ਕੁਛ ਮਿਲਾ, ਨਾ ਪੰਜਾਬ ਕੋ ਕੁਛ ਮਿਲਾ। ਤੋ ਫਿਰ ਉਹਨਾਂ ਨੇ ਕਿਆ ਕੀਆ, ਹਰਿਆਣਾ ਔਰ ਦਿੱਲੀ ਕੇ ਲੋਗੋ ਨੇ ਕਿਆ ਕੀਆ, ਤੀਸਰਾ ਰਸਤਾ ਚੁਣਾ। ਅੱਜ ਹਰਿਆਣੇ ਦੀ ਧਰਤੀ ਤੇ ਮੈਂ ਖੜ ਕੇ ਕਹਿਣਾ, ਇੱਧਰ ਪੰਜਾਬ ਹੈ, ਇੱਧਰ ਦਿੱਲੀ ਹੈ, ਫੋਨ ਕਰਕੇ ਪੁੱਛ ਲਿਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ 8.5 ਸਾਲ ਤੋਂ ਦਿੱਲੀ ਚੱਲ ਰਹੀ ਹੈ, 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ, 44,500 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਅੱਜ, 44,500। ਫੋਨ ਕਰ ਲਿਓ, 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ, ਕੋਈ ਚਾਹ ਦਾ ਕੱਪ ਹੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਵਾਉਣ ਚੱਲਿਆ, ਆ ਢਾਬੇ 'ਤੇ ਖੜਦੇ ਹਾਂ, ਆ ਚਾਹ ਪੀਣੀ ਹੈ 5 ਕੱਪ, ਆ 5 ਕੱਪਾਂ ਦੇ ਪੈਸੇ ਤੂੰ ਦੇ ਦੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਹੈ, ਜਾਂ ਤੇਰੇ ਬੇਟੇ ਨੌਕਰੀ ਮਿਲ, ਕੋਈ ਬੰਦਾ ਚਾਹ ਦਾ ਕੱਪ ਵੀ ਕਹਿ ਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ, ਮੈਂ ਜ਼ਿੰਮੇਦਾਰ ਹੋਊਂਗਾ। ਇਸ ਕਿਸਮ ਦੀ ਰਾਜਨੀਤੀ ਅਸੀਂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਰਾਮਲੀਲਾ ਗਰਾਊਂਡ 'ਚੋਂ ਹਰਿਆਣੇ ਦੇ ਜੰਮੇ ਹੋਏ ਇੱਕ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ, ਉੱਥੋਂ ਇੱਕ ਬੱਚਾ ਪੈਦਾ ਹੋਇਆ, ਉੱਥੇ ਆਮ ਘਰ 'ਚ ਪਿਤਾ ਜੀ ਦੁਕਾਨ ਕਰਦੇ ਸੀ, ਬੱਚਾ ਛੋਟਾ ਹੁੰਦਾ ਦੁਕਾਨ 'ਤੇ ਵੀ ਜਾਂਦਾ ਰਿਹਾ ਅਤੇ ਫਿਰ ਪੜ੍ਹਾਈ ਕੀਤੀ, IRS ਅਫਸਰ ਬਣ ਗਿਆ, ਪਰ ਅਫਸਰੀ ਨੂੰ ਲੱਤ ਮਾਰਤੀ ਕਿ ਅਫਸਰ ਬਣ ਕੇ ਮੈਂ ਤਾਂ ਪੈਸੇ ਕਮਾ ਸਕਦਾ ਪਰ ਜਿਹੜੇ ਮੇਰੀ ਜਨਤਾ ਦੇ ਲੁੱਟੀ ਜਾਂਦੇ ਆ ਪਿਛਲੇ 70 ਸਾਲ ਤੋਂ, ਆ ਜਿਹੜੇ ਲੀਡਰ ਨੇ ਉਹਨਾਂ ਦੇ ਮੈਂ ਬਚਾ ਨਹੀਂ ਸਕਦਾ। ਅਫਸਰੀ ਨੂੰ ਲੱਤ ਮਾਰ ਕੇ ਰਾਜਨੀਤੀ 'ਚ ਆ ਗਏ। ਅੱਜ ਉਸ ਬੰਦੇ ਨੂੰ ਕੀ ਲੋੜ ਸੀ ਬਈ, ਉਸ ਬੰਦੇ ਨੂੰ ਕੀ ਲੋੜ ਸੀ ਰਾਜਨੀਤੀ 'ਚ ਆਉਣ ਦੀ, ਇਨਕਮ ਟੈਕਸ ਦਾ ਕਮਿਸ਼ਨਰ ਸੀ ਅਰਵਿੰਦ ਕੇਜਰੀਵਾਲ, ਉਹਦੀ ਘਰਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ, ਦੋਨੋਂ ਮੀਆਂ ਬੀਬੀ ਵੱਡੇ ਅਫਸਰ, ਚਾਹੁੰਦੇ ਤਾਂ ਬਹੁਤ ਪੈਸੇ ਕਮਾ ਲੈਂਦੇ ਅਤੇ ਅੱਜ ਜੇਲ੍ਹ 'ਚ ਬੈਠਾ ਕੇਜਰੀਵਾਲ। ਕਾਰਨ ਕਿਉਂਕਿ ਸੱਤਾਧਾਰੀਆਂ ਨੂੰ ਲੱਗਣ ਲੱਗ ਗਿਆ ਕਿ ਜੇ ਇਹ ਬਾਹਰ ਰਹਿ ਗਿਆ ਇਹਨੇ ਸਾਡੇ ਭੇਤ ਖੋਲ੍ਹ ਦੇਣੇ ਹੈ, ਇਹਨੇ ਦੁਨੀਆਂ ਨੂੰ ਦੱਸ ਦੇਣਾ ਕਿ ਅਸੀਂ ਕਿਵੇਂ ਲੁੱਟਦੇ ਹਾਂ, ਅਤੇ ਉਹ ਬੰਦੇ ਨੂੰ ਅੰਦਰ ਕਰ ਰੱਖਿਆ। ਵੀਰੋ ਮੈਨੂੰ ਕੀ ਲੋੜ ਸੀ, ਮੇਰੇ ਪੰਜਾਬੀ ਭਰਾ ਬੈਠੇ ਬਹੁਤ ਜ਼ਿਆਦਾ,
ਮੈਂ ਤਾਂ 17.5 ਸਾਲ ਦੀ ਉਮਰ 'ਚ ਸੁਪਰ ਸਟਾਰ ਬਣਾਤਾ ਸੀ ਪੰਜਾਬੀਆਂ ਨੇ, ਮੈਨੂੰ ਕੀ ਲੋੜ ਸੀ ਵੀ, ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ, ਲੱਖਾਂ ਰੁਪਈਏ ਲੈਂਦਾ ਸੀ ਮੈਂ ਇੱਕ ਸ਼ੋਅ ਦੇ, ਮੈਂ ਬਾਲੀਵੁੱਡ ਦੇ, ਮੈਂ ਲਫਟਰ ਚੈਲੇਂਜ ਦੇ, ਮੈਂ ਫਿਲਮਾਂ 'ਚ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ। ਅੱਜ ਇੰਨੇ ਹੁਣ ਪੰਜਾਬੀ ਫਿਲਮਾਂ 'ਚ ਮੁੰਡੇ ਆਉਂਦੇ ਆ, ਸਾਰੇ ਮੇਰੇ ਹੀ ਨੇ, ਜੁਗਨੂ ਵਾਲੀ ਟੀਮ ਹੀ ਆ ਸਾਰੀ, ਤੁਸੀਂ ਦੇਖਦੇ ਰਹੇ ਹੋ। ਕੀ ਲੋੜ ਸੀ ਬਈ, ਕੀ ਲੋੜ ਸੀ ਇਹਨਾਂ ਤੋਂ ਗਾਲਾਂ ਖਾਣ ਦੀ, ਕੀ ਲੋੜ ਸੀ ਇਹਨਾਂ ਤੋਂ ਆਲੋਚਨਾ ਚੱਲਣ ਦੀ। ਪਰ ਮਿੱਤਰੋ, ਸਿਆਣੇ ਕਹਿੰਦੇ ਆ ਜੇ ਗਟਰ ਸਾਫ ਕਰਨਾ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ, ਤਾਂ ਖੜ ਕੇ ਰੌਲਾ ਪਾ ਕੇ ਕੁਛ ਨਹੀਂ ਬਣਦਾ। ਜੇ ਨਰਮੇ ਨੂੰ ਸੁੰਡੀ ਲੱਗੀ, ਜੇ ਕਪਾਹ ਨੂੰ ਸੁੰਡੀ ਲੱਗੀ, ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ, ਉਹ ਸਪਰੇ ਦੀ ਢੋਲੀ ਲੈ ਕੇ ਮੋਢੇ ਤੇ ਧਰ ਕੇ ਅੰਦਰ ਵੜ ਕੇ ਐਂ ਸਪਰੇ ਕਰਨੀ ਪੈਂਦੀ, ਤੇ ਨਾਲ ਹਰੇਕ ਦੋ ਢੋਲੀਆਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ, ਕੀ ਪਤਾ ਕਦੋਂ ਚੜ ਜੇ। ਮੈਂ ਤਾਂ ਕੀਤਾ ਹੋਇਆ ਸਾਰਾ ਕੁਛ ਨਾ, ਕੀ ਲੋੜ ਸੀ ਸਾਨੂੰ ਮੇਰੇ ਵਰਗੇ। ਪਰ ਰਾਣੀਆਂ ਵਾਲਿਓ, ਜਿੰਨਾ ਤੁਸੀਂ ਪਿਆਰ ਦੇ ਰਹੇ ਹੋ, ਮੈਨੂੰ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ 'ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ, ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦੇ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਅਸੀਂ ਗੁਰੂ ਨਾਨਕ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਦਾਨੀ ਦੇ ਕਦਮ ਚਿੰਨ੍ਹਾਂ ਵਾਲੇ ਹਾਂ। ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਕਿ ਗਰੀਬਾਂ ਦੇ ਹੱਕ 'ਚ ਖੜਨਾ ਵੀ ਹੈ ਅਤੇ ਗਰੀਬਾਂ ਦੇ ਹੱਕ 'ਚ ਲੜਨਾ ਵੀ ਹੈ। ਇਹ ਸਾਨੂੰ ਸਿੱਖਿਆ ਮਿਲੀ ਹੈ ਗੁਰੂਆਂ 'ਚੋਂ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਆਹ ਗੱਲ ਸੁਣਨ ਵਾਲੀ ਹੈ, ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ। ਵੀ ਬਹੁਤ ਮਸ਼ਹੂਰ ਕਲਾਕਾਰ ਸੀ, ਤੈਂ ਕੀ ਲੈਣਾ ਸੀ ਇਹਨਾਂ ਪੰਗਿਆਂ ਤੋਂ, ਉੱਧਰੋਂ ਕਰੋੜਾਂ ਰੁਪਈਆ ਕਮਾ ਲੈਂਦਾ। ਜਿੰਨਾ ਸਮਾਂ, ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਆਹ ਗੱਲ ਧਿਆਨ ਨਾਲ ਸੁਣ ਲਿਓ ਰਾਣੀਆਂ ਵਾਲਿਓ, ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਗਵਾਂਢੀਆਂ ਨੂੰ ਫੋਨ ਕਰਕੇ ਦੱਸਿਓ, ਰਾਣੀਆਂ ਵਾਲੀ ਅਨਾਜ ਮੰਡੀ ਦੇ ਵਿੱਚ ਭਗਵੰਤ ਮਾਨ ਨੇ ਆਹ ਗੱਲ ਕਹੀ ਸੀ ਕਿ ਗੱਲ, ਹਰ ਗੱਲ ਪੈਸਾ ਕਮਾਉਣ ਵਾਸਤੇ ਨਹੀਂ ਹੁੰਦੀ, ਔਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ, ਦੋਸਤ ਵੀ ਕਮਾਉਣੇ ਹੁੰਦੇ ਆ, ਇੱਜ਼ਤ ਵੀ ਕਮਾਉਣੀ ਹੁੰਦੀ ਹੈ, ਕਿਸੇ ਗਰੀਬ ਦੇ ਹੱਕ 'ਚ ਵੀ ਖੜਨਾ ਹੁੰਦਾ। ਸਾਨੂੰ ਕਿਵੇਂ ਦੱਸਿਆ ਗੁਰੂ ਸਾਹਿਬ ਨੇ, ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ, ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਤੁਰ ਗਏ,
ਕੌਣ ਕਿਸੇ ਦਾ ਨਾਂ ਲੈਂਦਾ, ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ, ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ, ਫਿਰ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਕੌਣ ਦਿੰਦਾ। ਉਹ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ, ਆਪਦਾ ਹੀ ਆਪਣਾ ਸਵਾਦ ਹੁੰਦਾ। ਸੋ ਮੈਂ ਤਾਂ ਤੁਹਾਡੇ ਕੋਲ ਆਇਆ, 75 ਸਾਲ ਹੋ ਗਏ ਯਾਦ ਹੋਇਆ ਨੂੰ, 3 ਪੀੜ੍ਹੀਆਂ ਹੋ ਗਈਆਂ। ਮੇਰੇ ਸਾਹਮਣੇ ਬਜ਼ੁਰਗ ਬੈਠੇ ਹੈ, ਕੋਈ 80 ਸਾਲ ਦੇ ਹੋਣਗੇ, ਸ਼ਾਇਦ ਉਦੋਂ 5 ਸਾਲ ਦੇ ਹੋਣਗੇ ਜਦੋਂ ਦੇਸ਼ ਆਜ਼ਾਦ ਹੋਇਆ ਹੋਊਗਾ, 7 ਸਾਲ ਦੇ ਹੋਣਗੇ, ਉੱਧਰੋਂ ਪਾਕਿਸਤਾਨ ਵੱਲੋਂ ਵੀ ਆਏ ਹਾਂ ਉੱਜੜ ਕੇ, ਇੱਥੇ ਫਿਰ ਇੱਥੇ ਦੁਬਾਰੇ ਵਸਣਾ ਪੈ ਗਿਆ। ਕੀ ਕਰੀਏ ਆਜ਼ਾਦੀ ਦਾ, ਮੈਨੂੰ ਇਹ ਦੱਸੋ। ਕੁਰਸੀਆਂ ਦੇ ਭੁੱਖੇ ਲੀਡਰ, ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ, ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ, ਫੱਲੇ ਫੁੱਲਾਂ ਜੋਗੀ ਰਹਿ ਗਏ। 75 ਸਾਲ ਹੋ ਗਏ ਉਹ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ, ਤੇ ਅਸੀਂ ਹਜੇ ਸੀਵਰੇਜ ਦੇ ਢੱਕਣ ਨਹੀਂ ਪੂਰੇ ਕਰ ਸਕੇ। ਸੀਵਰੇਜ ਦੇ ਢੱਕਣ ਪੂਰੇ ਕਰੋ ਜੀ, ਆ ਪਿੰਡ ਦਾ ਟੋਬਾ, ਆ ਪਿੰਡ ਦਾ ਛੱਪੜ ਸਾਥੋਂ ਆਹ ਠੀਕ ਨਹੀਂ ਹੋਏ ਯਾਰ। 75 ਸਾਲ ਚ, 75 ਸਾਲ ਚ ਕੀ ਖੱਟਿਆ ਵੋਟਾਂ ਪਾ ਪਾ ਕੇ ਇਹਨਾਂ ਨੂੰ? ਸਾਡੇ ਤਾਂ ਗੂਠੇ ਵੀ ਨੀਲੇ ਰੰਗ ਦੇ ਹੋ ਗਏ ਇਹਨਾਂ ਨੂੰ ਵੋਟਾਂ ਪਾ ਪਾ ਕੇ, ਗੂਠੇ ਲਾ ਲਾ ਕੇ ਇਹਨਾਂ ਦੇ ਹੱਕ ਚ। ਤੇ ਇਹਨਾਂ ਨੇ ਕੀ ਕੀਤਾ? ਕਿਸੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਆ ਲੀਡਰ ਹੈ ਬਹੁਤ ਵੱਡਾ ਪਰ ਇਹਦਾ ਮੁੰਡਾ ਬੇਰੁਜ਼ਗਾਰ ਹੈ? ਨਾ ਨਾ ਨਾ, ਇਹ ਕੰਮ ਆਪਣੇ ਵਾਸਤੇ ਰੱਖਿਆ ਹੋਇਆ ਇਹਨਾਂ ਨੇ, ਆਮ ਲੋਕਾਂ ਦੇ ਧੀਆਂ ਪੁੱਤਾਂ ਵਾਸਤੇ। ਅਸੀਂ ਤਾਂ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਸਤੇ ਰਹਿ ਗਏ। ਸੋ ਵੀਰ, ਇਹਨਾਂ ਦੇ ਮਗਰ ਨਾਲ ਲੱਗਿਓ। ਇਹਨਾਂ ਨੇ ਕੀ ਕੀਤਾ ਹੁਣ ਤੱਕ? ਇਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਸੋਚਿਆ ਹੀ ਨਹੀਂ, ਇਹਨਾਂ ਨੇ ਸਾਡੇ ਧੀਆਂ ਪੁੱਤਾਂ ਬਾਰੇ ਸੋਚਿਆ ਹੀ ਨਹੀਂ। ਇਹਨਾਂ ਨੇ ਸੋਚਿਆ ਆਪਣੇ ਪੁੱਤ, ਆਪਣੇ ਭਾਣਜੇ, ਆਪਣੇ ਭਤੀਜੇ, ਆਪਣੇ ਸਾਲੇ, ਆਪਣੇ ਜੀਜੇ, ਬਸ ਇਦੂ ਗਾਂ ਸੋਚਿਆ ਹੀ ਨਹੀਂ। ਬਸ ਇਹਨਾਂ ਦੀ ਆਉਂਦੇ ਆ ਜੀ ਅੱਗੇ, ਅਸੀਂ ਆ ਰਹਿ ਗਏ ਜੀ ਇੱਥੇ। ਵੋਟਾਂ ਪਾਈ ਚੱਲੋ, ਜ਼ਿੰਦਾਬਾਦ ਕਰੀ ਚੱਲੋ, ਮੁਰਦਾਬਾਦ ਕਰੀ ਜਾਓ, ਆ ਜਾ ਕਰੋ, ਨਾਰੇ ਲਾ ਜਾ ਕਰੋ, ਘਰੇ ਚਲੇ ਜਾਇਆ ਕਰੋ। ਅਗਲਿਆਂ ਦੀ ਰੈਲੀ ਹੈ ਪਰਸੋਂ ਨੂੰ, ਉਹਨਾਂ ਦੇ ਨਾਰੇ ਲਾ ਜਿਓ, ਰੋਟੀ ਖਵਾਵਾਂਗੇ ਤੁਹਾਨੂੰ, ਜਾਂਦੇ ਹੋਇਆਂ ਨੂੰ ਕੋਈ ਕੁਛ ਹੋਰ ਸਮਾਨ ਵੀ ਦੇਵਾਂਗੇ, ਨਾਰੇ ਲਾ ਲਿਆ ਕਰੋ। ਬਸ ਸਤਿ ਸ਼੍ਰੀ ਅਕਾਲ, ਆਹ ਕੰਮ ਤੇ ਰੱਖਿਆ ਯਾਰ ਆਪਾਂ, ਭੇਡਾਂ ਬੱਕਰੀਆਂ ਬਣਾ ਕੇ ਰੱਖਿਆ ਯਾਰ ਲੋਕ। ਲੋਕ ਭੇਡਾਂ ਬੱਕਰੇ ਨਹੀਂ ਹੈਗੇ, ਮੈਂ ਕਹਿਣਾ ਚਾਹੁੰਦਾ ਇਹਨਾਂ ਲੀਡਰਾਂ ਨੂੰ, ਉਹ ਲੋਕ ਚੁੱਪ ਰਹਿਣ 5 ਸਾਲ, ਲੋਕ ਬੁੱਲ ਸਿਉਂ ਲੈਣ 10 ਸਾਲ, ਲੋਕ ਦਿਲ ਪੇ ਪੱਥਰ ਰੱਖ ਲੈ 15 ਸਾਲ, ਲੋਕ ਮਨ ਕੋ ਸਮਝਾ ਲੈ, ਮਨ ਮਾਰ ਲੈ 20 ਸਾਲ। ਪਰ ਜਦੋਂ 20 ਸਾਲ ਬਾਅਦ ਲੋਕ ਉੱਠ ਖੜਦੇ ਆ ਨਾ, ਜਦੋਂ ਲੋਕ ਜਾਗਦੇ ਆ ਨਾ, ਫਿਰ 20 ਸਾਲਾਂ ਦਾ ਹਿਸਾਬ
20 ਮਿੰਟਾਂ 'ਚ ਲੈ ਲੈਂਦੇ ਆ। ਉਹ ਬੰਗਲਾਦੇਸ਼ ਵਾਲੀ ਸ਼ੇਖ ਹਸੀਨਾ ਨੂੰ ਪੁੱਛ ਕੇ ਦੇਖ ਲਿਓ ਵੀ ਕਿਵੇਂ ਹੁੰਦਾ ਹਿਸਾਬ, ਪੁੱਛ ਲਿਓ। 40 ਮਿੰਟਾਂ 'ਚ ਭੱਜਣਾ ਪੈ ਗਿਆ। ਜਦੋਂ ਲੋਕ ਉੱਠ ਖੜੇ, ਪਬਲਿਕ ਹੈ ਵਾਲੇ ਸਾਡੇ ਇਮਤਿਹਾਨ ਨਾ ਲਓ, ਉਹ ਸਾਡੇ ਸਬਰ ਦੇ ਇਮਤਿਹਾਨ ਨਾ ਲਓ। ਜਦੋਂ ਚਾਕੇ ਬੰਦਾ ਜਿਹੜਾ ਮਰਜ਼ੀ ਕੋਈ ਕੰਮ ਕਰਦਾ, ਚਾਕੇ ਅੰਦਰ ਮਾਰੋ ਜੀ। ਕੇਜਰੀਵਾਲ ਅੰਦਰ ਕਰ ਦਿਉ, ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿਉ, ਸਤਿੰਦਰ ਜੈਨ ਨੂੰ ਅੰਦਰ ਕਰ ਦਿਉ, ਸੰਜੇ ਸਿੰਘ ਨੂੰ ਅੰਦਰ ਕਰ ਦਿਉ, ਹੇਮੰਤ ਸੋਰੇਨ ਨੂੰ ਅੱਗੇ ਜਿਹੜਾ ਬੋਲਦਾ ਅੰਦਰ ਕਰ ਦਿਉ। ਕੀ ਗੱਲ ਜੀ, ਠੇਕਾ ਲਿਆ ਤੁਸੀਂ? ਸੋ ਇਸ ਕਰਕੇ ਵੀਰੋ ਇਹ ਗਲਤ ਗੱਲ ਹੈ। ਕਿੰਨਾ ਚਿਰ ਦੱਬ ਲੈਣਗੇ? ਹਕੂਮਤ ਵੋ ਕਰਤੇ ਹੈ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਇਹਨਾਂ ਕੋਲੇ ਕੱਖ ਨਹੀਂ, ਕੁਛ ਨਹੀਂ ਹੈਗਾ ਇਹਨਾਂ ਕੋਲੇ, ਸਿਰਫ ਜੁਮਲੇ ਨੇ ਜੁਮਲੇ। ਮੈਂ ਤਾਂ ਪਾਰਲੀਮੈਂਟ 'ਚ ਬੋਲਤਾ ਸੀ, ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ। ਨਾ ਆਪਾਂ ਕਿਸੇ ਨੂੰ ਨਾ ਪੈਸੇ ਕਮਾਉਣੇ ਆ, ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ। ਆਪਣਾ ਸਿੱਧਾ ਹਿਸਾਬ ਹੈ, ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ, ਨਾ ਮੈਂ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ, ਨਾ ਮੈਂ ਢਾਬਿਆਂ 'ਚ ਹਿੱਸਾ ਪਾਉਣਾ, ਨਾ ਮੈਂ ਠੇਕਿਆਂ 'ਚ ਹਿੱਸਾ ਪਾਉਣਾ। ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਅਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਜ਼ਰੂਰ ਪਾਉਣਾ, ਉੱਥੇ ਪਾਊਂਗਾ ਹਿੱਸਾ, ਮੇਰਾ ਕੀ ਕਰ ਲੈਣਗੇ। ਇਹ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ। ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ, ਉਹਨੇ ਗਾਹਾਂ ਦੀ ਗਾਹਾਂ ਗੱਲ ਦੱਸੀ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰ ਦਿਓ, ਬਸ ਗੱਲ ਇੱਥੇ ਹੀ ਰਹੇ ਬਸ। ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ, ਫਿਰ ਗਾਹਾਂ ਲੰਘ ਜਾਂਦੀ ਹੈ। ਉਹ ਕਹਿੰਦਾ ਕੇਜਰੀਵਾਲ, ਸੁਨੀਤਾ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ, ਭਗਵੰਤ ਮਾਨ, ਜਿੰਨੀਆਂ ਮਰਜ਼ੀ ਹਰਿਆਣੇ 'ਚ ਰੈਲੀਆਂ ਕਰ ਲੈਣ, ਸਾਡੇ ਕੋਲ ਪੈਸੇ ਬਹੁਤ ਹੈ। ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ, 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਅਤੇ ਜਿੱਤ ਜਾਵਾਂਗੇ। ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲ ਪੈਸੇ ਹੈਗੇ ਨੇ ਵੀਰੋ, ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ, ਕਿਰਪਾ ਕਰਕੇ ਜਵਾਬ ਨਾ ਦੇ ਦਿਓ, ਲੈ ਲਿਓ ਲੈ ਲਿਓ। ਉਹ ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਉਹ ਤੁਹਾਡੇ ਹੀ ਨੇ, ਇਹਨਾਂ ਨੇ ਕਿਹੜਾ ਨਰਮਾ ਬੀਜਿਆ, ਤੁਹਾਡੇ ਹੀ ਪੈਸੇ ਨੇ। ਬਸ ਇੰਨਾ ਕੁ ਕਰ ਦਿਓ ਵੀ ਹਾਂ, ਤੇ ਵੋਟਾਂ ਵਾਲੇ ਦਿਨ ਝਾੜੂ ਵਾਲਾ ਬਣਨ ਦੱਬ ਕੇ ਵੀ ਹਾਂ, ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ, ਬਾਕੀਆਂ ਨੂੰ ਮਾਫ ਹੈ। ਬੜਾ ਸਮਝਦਾਰ ਇਲਾਕਾ, ਬੜਾ ਸਮਝਦਾਰ ਇਲਾਕਾ ਬਈ, ਸਾਰੇ ਸਮਝ ਗਏ ਆਹੀ ਕੰਮ ਕਰਨਾ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਬਾਠੀ। ਪਰਮਾਤਮਾ 2 ਵਾਰੀ ਅਰਦਾਸ ਇਹੀ ਕਰੀ ਦੀ ਆ, ਪਰਮਾਤਮਾ ਉਹ ਜਿੰਨੀ ਕੁ ਇੱਜ਼ਤ ਬਣਾਤੀ ਇੰਨੀ ਕੁ ਕਾਇਮ ਰੱਖੀ, ਭਾਵੇਂ ਵਧਾਈ ਨਾ ਪਰ ਕੱਟਣ ਨਾ ਦੇਈਂ। ਉਹ ਮੇਰੇ ਤੋਂ ਕੋਈ ਇਹੋ ਜਿਹੀ ਫੈਲ ਨਾ ਸਹਿਨ ਕਲਾਰੀ ਰੱਬਾ, ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬੁੱਝਦਾ ਹੋਵੇ। ਮੇਰੇ ਤੋਂ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ
ਜਿਹਦੇ ਨਾਲ ਕਿਸੇ ਦੇ ਘਰ 'ਚ ਤਰੱਕੀ ਦਾ ਦੀਵਾ ਜਗਦਾ ਹੋਵੇ, ਤਰੱਕੀ ਹੁੰਦੀ ਹੋਵੇ ਉਸ ਘਰ 'ਚ। ਸੋ ਵੀਰ, ਇਹਨਾਂ ਦੇ ਮਗਰ ਨਾ ਲੱਗਿਓ। ਅੱਛਾ, ਹੁਣ ਤੁਹਾਨੂੰ ਲੋਲੀਪੋਪ ਦੇਣਗੇ। ਇੱਕ ਤਾਂ ਦੇਤਾ ਵੀ 100 ਰੁਪਈਆ ਸਿਲੰਡਰ ਸਸਤਾ, ਇਹਨਾਂ ਨੂੰ ਪੁੱਛੋ 1000 ਰੁਪਈਆ ਮਹਿੰਗਾ ਕਿਹਨੇ ਕੀਤਾ ਸੀ? 100 ਰੁਪਈਆ ਸਸਤਾ ਤਾਂ ਕਹਿਤਾ, 1000 ਰੁਪਈਆ ਮਹਿੰਗਾ ਕਿਹਨੇ ਕੀਤਾ ਸੀ? ਇਹ ਵੀ ਸੋਚ ਲਿਆ ਕਰੋ। ਆਪਾਂ ਸੋਚਣ ਲੱਗਦੇ ਨੇ ਇਕੱਲਾ ਇਹ ਵੀ ਸਸਤਾ ਕਰਤਾ ਯਾਰ, ਹੈਂ ਉਹ ਭਾਈ ਮਹਿੰਗਾ ਕਿਹਨੇ ਕੀਤਾ ਸੀ? ਪਹਿਲਾਂ ਤਾਂ ਦੇਖ ਲਓ, ਇੱਕ ਨਾ ਪਰਿਵਾਰ ਸੀ, ਕੁੜੀ ਦੀ ਸ਼ਾਦੀ ਸੀ, ਇਕਲੌਤੀ ਲਾਡਲੀ ਕੁੜੀ ਸੀ, ਜ਼ਿਮੀਂਦਾਰ ਪਰਿਵਾਰ ਸੀ, ਵਧੀਆ ਖਾਂਦਾ ਪੀਂਦਾ ਪਰਿਵਾਰ ਸੀ। ਉਹਨਾਂ ਨੇ ਕਿਹਾ ਧੂਮ ਧਾਮ ਨਾਲ ਸ਼ਾਦੀ ਕਰਾਂਗੇ, ਇਕਲੌਤੀ ਕੁੜੀ ਹੈ। ਉਹਨਾਂ ਨੇ ਕੁੜੀ ਨੂੰ ਵਿਦਾ ਕਰਨ ਵਾਸਤੇ ਸਮਾਨ, ਮਹਿੰਗੀਆਂ ਅਲਮਾਰੀਆਂ, ਮਹਿੰਗੇ TV, ਮਹਿੰਗੇ ਬੈੱਡ, ਪੂਰੇ ਸੋਨੇ ਦੇ ਚਾਂਦੀ ਦੇ ਜੇਵਰਾਤ ਪੂਰਾ ਖਰੀਦ ਲਿਆ ਸਮਾਨ। ਕਹਿੰਦੇ ਕੁੜੀ ਨੂੰ ਵਿਦਾ ਕਰਾਂਗੇ, ਕੱਲ ਨੂੰ ਬਰਾਤ ਆਉਣੀ ਸੀ। ਅੱਜ ਰਾਤ ਨੂੰ ਪਤਾ ਲੱਗ ਗਿਆ ਡਾਕੂਆਂ ਨੂੰ ਵੀ ਇਸ ਘਰੇ ਮਾਲ ਹੈ, ਇਸ ਘਰ 'ਚ ਮਾਲ ਹੈ। ਆ ਹੁਣ ਦੇਖ ਲਿਓ, ਸੋਚ ਲਿਓ ਵੀ ਕਿਵੇਂ ਲੋਲੀਪੋਪ ਤੋਂ ਬਚਣਾ। ਡਾਕੂ ਆ ਗਏ, ਟਰੱਕ ਲੈ ਕੇ ਆ ਗਏ ਡਾਕੂ। ਉਹਨਾਂ ਨੇ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ 'ਚ ਕੀਤਾ ਬੰਦ, ਬਾਹਰੋਂ ਲਾਈ ਕੁੰਡੀ, ਸਾਰਾ ਸਮਾਨ ਵਿੱਚ ਹੀ ਅਲਮਾਰੀਆਂ, ਵਿੱਚ ਹੀ ਸੋਫਾ ਸੈੱਟ, ਚੇ ਵੋ ਸਭ ਟਰੱਕ 'ਚ ਲੱਦ ਲਏ, ਸੋਨਾ ਸੋਨਾ ਲੁੱਟ ਲਿਆ। ਟਰੱਕ ਦਾ ਡਾਲਾ ਬੰਦ ਕਰਕੇ ਤੁਰਨ ਲੱਗੇ ਤਾਂ ਡਾਕੂਆਂ ਦਾ ਸਰਦਾਰ ਕਹਿੰਦਾ, ਨਹੀਂ ਮੁਝੇ ਯੇ ਬਤਾਓ, ਲੜਕੀ ਕਾ ਪਰਿਵਾਰ ਕੌਣ ਸੇ ਕਮਰੇ ਮੇਂ ਬੰਦ ਹੈ? ਉਹ ਕਹਿੰਦੇ, ਸਰਦਾਰ ਇਸ ਕਮਰੇ ਮੇਂ ਬੰਦ ਹੈ, ਇਸਕੀ ਕੁੰਡੀ ਖੋਲੋ। ਲੜਕੀ ਦਾ ਪਰਿਵਾਰ ਜਿਹੜੇ ਬੰਦ ਸੀ, ਕੁੰਡੀ ਖੋਲੀ, ਅੰਦਰ ਗਿਆ ਡਾਕੂਆਂ ਦਾ ਸਰਦਾਰ ਕੋਲੇ, ਉਹਦੇ ਕੋਲੇ ਰਾਈਫਲ, ਕਹਿੰਦਾ ਕੌਣ ਸੀ ਲੜਕੀ ਕੀ ਸ਼ਾਦੀ ਹੈ? ਉਹ ਵਿਚਾਰੀ ਇੱਕ ਲੜਕੀ ਖੜੀ ਹੋ ਗਈ ਡਰਦੀ ਡਰਦੀ, ਕਹਿੰਦੀ ਜੀ ਮੇਰੀ ਸ਼ਾਦੀ ਹੈ। ਡਾਕੂਆਂ ਦੇ ਸਰਦਾਰ ਨੇ ਜੇਬ 'ਚ ਹੱਥ ਪਾਇਆ, ਉਹਨੂੰ 100 ਰੁਪਈਆ ਸ਼ਗਨ ਦੇਤਾ। ਕਹਿੰਦਾ ਪੁੱਤ ਆ ਲੈ, ਜਿਉਂਦੀ ਵਸਦੀ ਰਹਿ, ਬੁੱਢ ਸਾਧਨ ਹੋਵੇ, ਪਰਮਾਤਮਾ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ, ਜੋੜੀ ਬਣੀ ਰਹੇ ਪੁੱਤ, ਬਹੁਤ ਬਹੁਤ। ਨਾਲੇ ਸਿਰ ਪੜੋਸਤਾ, ਉਹ ਤੋਂ ਬਾਅਦ ਲੁੱਟ ਕੇ ਚਲੇ ਗਏ। ਅਗਲੇ ਦਿਨ ਪੁਲਿਸ ਆ ਗਈ। ਉਹ ਰਾਣੀਆਂ ਵਾਲਿਓ, ਅਗਲੇ ਦਿਨ ਪੁਲਿਸ ਨੂੰ ਉਹ ਕੁੜੀ ਵਾਲਿਆਂ ਦੇ ਪਰਿਵਾਰ ਚੋਂ ਕੋਈ ਬੰਦਾ FIR ਲਿਖਾਉਣ ਨੂੰ ਤਿਆਰ ਨਹੀਂ ਹੋਇਆ। ਕਹਿੰਦੇ ਲੁੱਟ ਕੇ ਭਾਵੇਂ ਲੈ ਗਏ, ਬੰਦੇ ਬਹੁਤ ਚੰਗੇ ਸੀ, 100 ਰੁਪਈਆ ਸ਼ਗਨ ਦੇ ਗਏ। ਲੈ ਕੀ ਕਰਨਾ ਹਜੇ ਸ਼ਗਨ, ਜਾਂ ਜੋ ਲੁੱਟ ਕੇ ਹੀ ਲੈ ਗਏ ਤੇ ਆਪਾਂ ਵੀ ਐਂ ਕਰ ਲੈਂਦੇ ਹਾਂ। 4.5 ਸਾਲ ਮੋਦੀ ਨੇ ਲੂਟ ਤਾਂ ਲਿਆ, ਲੇਕਿਨ 100 ਰੁਪਈਆ ਸਿਲੰਡਰ ਸਸਤਾ ਕਰ ਦਿਆ। ਲੈ ਇਸ ਚੱਕਰ 'ਚ ਫਸ ਜਾਂਦੇ ਯਾਰ, ਇਹਨਾਂ ਚੱਕਰਾਂ 'ਚ ਨਾ ਫਸਿਓ, ਇਹ ਆਉਣਗੇ ਤੁਹਾਡੇ ਕੋਲੇ। ਸੱਚੀਆਂ ਗੱਲਾਂ ਨੇ, ਸੱਚੀਆਂ ਨੇ, ਤਾੜੀ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ। ਸੋ ਵੀਰ, ਇਹਨਾਂ ਦਾ ਕੋਈ ਯਕੀਨ ਨਹੀਂ, ਜੁਮਲੇ ਸੁਣਾਉਂਦੇ ਹੈ, ਝੂਠ ਤੇ ਝੂਠ ਚੱਲ ਰਿਹਾ। ਮੈਂ ਤਾਂ ਪਾਰਲੀਮੈਂਟ 'ਚ ਬੋਲਤਾ ਸੀ, ਮੈਂ ਕਿਹਾ ਮੋਦੀ ਜੀ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਤੀ ਹੈ, 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਤੀ ਹੈ, ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਸਿਆਹੀ ਸੂਖ ਜਾਤੀ ਹੈ,
ਹਰ ਬਾਤ ਹੀ ਜੁਮਲਾ ਨਿਕਲੀ ਅਬ ਤੋ ਯੇ ਵੀ ਸ਼ੱਕ ਹੈ ਕਿਆ ਚਾਏ ਬਣਾਉਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਇੰਨਾ ਝੂਠ ਯਾਰ ਇੰਨਾ ਝੂਠ ਸੋ ਇਹ ਮੈਨੂੰ ਕਹਿੰਦੇ ਤੁਹਾਡੇ ਕੋਲ ਪੈਸੇ ਨਹੀਂ ਮੈਂ ਕਿਹਾ ਬਿਲਕੁਲ ਨਹੀਂ ਕਹਿੰਦੇ ਤੁਹਾਡੇ ਕੋਲ ਸਾਡੇ ਵਾਂਗੂ ਗੁੰਡਾਗਰਦੀ ਨਹੀਂ ਮੈਂ ਕਿਹਾ ਬਿਲਕੁਲ ਗੁੰਡਾਗਰਦੀ ਨਹੀਂ ਕਰਦੇ ਕਹਿੰਦੇ ਤੁਸੀਂ ਧਰਮ ਦੀਆਂ ਮੰਦਰਾਂ ਮਸਜਿਦਾਂ ਦੀਆਂ ਗੱਲਾਂ ਨਹੀਂ ਕਰਦੇ ਮੈਂ ਕਿਹਾ ਜੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀਆਂ ਹਸਪਤਾਲਾਂ ਦੀਆਂ ਕਰਦੇ ਹਾਂ ਫਿਰ ਕਿਵੇਂ ਜਿੱਤੋਗੇ ਉਹ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲ ਹੈ ਉਹ ਫਿਰ ਤੁਹਾਡੇ ਕੋਲ ਨਹੀਂ ਹੈਗਾ ਕਹਿੰਦੇ ਵੀ ਕੀ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਕਹਿੰਦਾ ਵੀ ਕੀ ਮੈਂ ਇਹਨੂੰ ਇੱਕ ਛੋਟੀ ਜਿਹੀ ਗੱਲ ਸੁਣਾਈ ਮੇਰੀ ਦਾਦੀ ਮੈਨੂੰ ਇਹ ਬਾਤ ਸੁਣਾਉਂਦੀ ਹੁੰਦੀ ਸੀ ਜਦੋਂ ਛੋਟੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਅਤੇ ਬਾਬਾ ਮਰਦਾਨਾ ਉਦਾਸੀਆਂ 'ਤੇ ਤੁਰੇ ਫਿਰਦੇ ਸੀ ਦੁਨੀਆਂ 'ਚ ਸੁਧਾਰ ਕਰਦੇ ਲੋਕਾਂ ਨੂੰ ਸੱਚ ਦਾ ਹੋਕਾ ਦਿੰਦੇ ਕਿਸੇ ਪਿੰਡ ਦੀ ਜੂਹ 'ਤੇ ਠਹਿਰੇ ਤਾਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਉਚਰਨੀ ਹੈ ਮਰਦਾਨੇ ਬਾਬੇ ਨੇ ਰਬਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਧੁਰਕੀ ਬਾਣੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂਹ 'ਤੇ ਕੋਈ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਉਹ ਸਿੱਧੀ ਆ ਉਹ ਰੱਬ ਨਾਲ ਜੇ ਉਹਦੀ ਸਤਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ ਚਲੋ ਉਹਦੇ ਨਾਲ ਚੱਲਦੇ ਹਾਂ ਆਹ ਦੇਖ ਲਿਓ ਇਹ ਗੱਲ ਵੀ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਕਿ ਜੋ ਉਹਨਾਂ ਕੋਲ ਹੈ ਉਹ ਸਾਡੇ ਕੋਲ ਨਹੀਂ ਪਰ ਜੋ ਸਾਡੇ ਕੋਲ ਉਹ ਉਹਨਾਂ ਕੋਲ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਲੋਕਾਂ ਨੂੰ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਲੋਕ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਹੈ ਸਾਡੀਆਂ ਰਾਹਾਂ ਸੱਚ ਵਾਲੀਆਂ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਂਧੀ ਹਾਂ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਤੁਸੀਂ ਗ੍ਰਹਿਸਤੀ ਵਾਲੇ ਹੋ ਤੁਸੀਂ ਆਮ ਜੀਵਨ ਵਾਲੇ ਹੋ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਲੋਕ ਕਹਿੰਦੇ ਨਹੀਂ ਜੀ ਇਸ ਤਾਂ ਚੱਲਾਂਗੇ ਕਹਿੰਦੇ ਚਲੋ ਆ ਜਾਓ ਤੁਰੇ ਗਏ ਰਸਤੇ 'ਚ ਚਾਂਦੀ ਦੇ ਢੇਰ ਆ ਗਏ ਜੀ ਇੱਧਰ ਵੀ ਚਾਂਦੀ ਦੇ ਢੇਰ ਇੱਧਰ ਵੀ ਚਾਂਦੀ ਢੇਰ ਜਿਹਨਾਂ ਜਿਹਨਾਂ ਨੂੰ ਚਾਂਦੀ ਮਿਲੀ ਉਹ ਚਾਂਦੀ ਚੱਕੀ ਉਹਨਾਂ ਨੇ ਕਹਿੰਦੇ ਲੈ ਵੀ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਤਾਂ ਬਣ ਗਿਆ ਚਾਂਦੀ ਮਿਲ ਗਈ ਆਪਾਂ ਨੂੰ ਕਾਫਲਾ ਅੱਧਾ ਰਹਿ ਗਿਆ ਜੀ ਤਾਂ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਲੋਕ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਔਖੇ ਆ ਸਕਦੇ ਆ ਰਸਤੇ ਮੁਸ਼ਕਿਲ ਆ ਸਕਦੇ ਹੈ ਕਹਿੰਦੇ ਨਹੀਂ ਜੀ ਚਲੇਂਗੇ ਸਾਥ ਮੇਂ ਹੀ ਕਹਿੰਦੇ ਚਲੋ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਹੁਣ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਉਹ ਥੋੜ੍ਹਾ ਜਿਹਾ ਪਹਿਲਾਂ ਤੁਰ ਗਏ ਆਪਾਂ ਨੂੰ ਸੋਨਾ ਮਿਲ ਗਿਆ ਬੰਦੇ ਹੀ 10 ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ ਕਹਿੰਦੇ ਆਉਣ ਦਿਓ ਤੁਰੇ ਗਏ ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜੀ ਉਹ 10 ਬੰਦਿਆਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਚਲੋ ਆਪਾਂ ਸੋਨੇ ਅਤੇ ਚਾਂਦੀ ਦੋਨਾਂ ਨਾਲੋਂ ਵੀ ਵਧੀਆ ਰਹਿ ਗਏ ਚਲੋ ਚੱਲੀਏ ਰਹਿ ਗਿਆ ਇਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਬਾਬਾ ਮਰਦਾਨਾ ਕਹਿੰਦਾ ਹੱਥ ਜੋੜ ਕੇ ਕਹਿੰਦਾ ਗੁਰੂ ਸਾਹਿਬ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਹਾਂ ਮੈਂ ਨਹੀਂ ਜਾਂਦਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਤੇਰੇ ਕੋਲ ਚਾਂਦੀ ਹੈ ਨਾ ਤੇਰੇ ਕੋਲ ਹੀਰੇ ਹੈ ਨਾ ਤੇਰੇ ਕੋਲ ਮੋਤੀ ਹੈ
ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ? ਤਾਂ ਬਾਬਾ ਮਰਦਾਨਾ ਕਹਿੰਦਾ, ਗੁਰੂ ਸਾਹਿਬ ਕਹਿੰਦਾ ਉਹਨਾਂ ਕਾਮਲਿਆਂ ਨੂੰ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਤੁਰ ਗਏ। ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਉਹਨਾਂ ਤੋਂ ਅਮੀਰ ਹਾਂ? ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ, ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ, ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਨਾਲ ਹੋ ਸਕਦਾ ਜੀ? ਵੀਰੋ, ਪਿੰਡ ਦਾ ਪੰਚਾਇਤ ਦਾ ਮੈਂਬਰ ਕੌਣ ਬਣਾਉਂਦਾ? ਲੋਕ। ਸਰਪੰਚ ਕੌਣ ਬਣਾਉਂਦਾ? ਲੋਕ। ਬਲਾਕ ਸੰਮਤੀ ਦਾ, ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਅਤੇ ਪ੍ਰਧਾਨ ਕੌਣ ਬਣਾਉਂਦਾ? ਲੋਕ। MLA ਕੌਣ ਬਣਾਉਂਦਾ? ਲੋਕ। ਮੰਤਰੀ ਕੌਣ ਬਣਾਉਂਦੇ ਨੇ? ਲੋਕ। ਮੁੱਖ ਮੰਤਰੀ ਕੌਣ ਬਣਾਉਂਦੇ ਨੇ? ਲੋਕ। ਪ੍ਰਧਾਨ ਮੰਤਰੀ ਕੌਣ ਬਣਾਉਂਦੇ ਨੇ? ਲੋਕ। ਜਦੋਂ ਲੋਕ ਹੀ ਸਾਡੇ ਨਾਲ ਹੈ, ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ?